ਕੰਪਲੀਟ ਇੱਕ ਗੱਲ ਤੁਸੀਂ ਮੇਰਾ ਜ਼ਰੂਰੀ ਐਗਰੀ ਕਰੋਗੇ ਮੇਰੇ ਸਾਰੇ ਵੀਵਰਸ ਵੀ ਐਗਰੀ ਕਰਨਗੇ ਕਿ ਆਪਾਂ ਲਾਈਫ ਵਿੱਚ ਉਹ ਬੰਦੇ ਨੂੰ ਨਹੀਂ ਭੁੱਲਦੇ ਉਹ ਸਤਾਂ ਨੂੰ ਨਹੀਂ ਆਪਾਂ ਭੁੱਲਦੇ ਜਿਨੇ ਸਾਨੂੰ ਪੂਰੀ ਹੈਲਪ ਕੀਤੀ ਹੋਵੇ ਜਦੋਂ ਆਪਾਂ ਕੋਈ ਵੀ ਚੀਜ਼ ਸਟਾਰਟ ਕਰਨੀ ਹੋਵੇ ਭਾਵੇਂ ਸਾਡੇ ਸਕੂਲ ਵਿੱਚ ਪਹਿਲਾ ਫਰੈਂਡ ਹੋਵੇ ਕਲਾਸ ਵਿੱਚ ਪਹਿਲਾ ਫਰੈਂਡ ਹੋਵੇ ਪਹਿਲਾ ਬਿਜ਼ਨਸ ਪਾਰਟਨਰ ਹੋਵੇ ਜਾਂ ਪਹਿਲਾ ਕਸਟਮਰ ਵੀ ਹੋਵੇ ਟੀਮ ਪੰਜਾਬੀ ਲਈ ਲੱਕੀ ਕਰਾਲੀ ਇੱਕ ਇਹੋ ਜਿਹਾ ਸਾਕ ਸ਼ਖਸ਼ ਜਿਨੇ ਜਦੋਂ ਸਾਡਾ ਬਿਜ਼ਨਸ ਆਪਾਂ ਸ਼ੁਰੂ ਕੀਤਾ 2008 ਦੇ ਵਿੱਚ ਆ ਸਾਡੀ ਨਹੀਂ ਇਹ ਨਹੀਂ ਜਾਣ ਪਛਾਣ ਸੀਗੀ ਅਸੀਂ ਇਨਾਂ ਬਾਬੇ ਸੰਸ ਕੋਲਿਆ ਸੀਗਾ ਲੱਕੀ ਨੇ ਪੂਰਾ ਸਾਨੂੰ ਸਪੋਰਟ ਕੀਤਾ ਸੀਗਾ ਹੀ ਇਜ਼ ਐਨ ਆਸਮ ਕਬੱਡੀ ਪਲੇਅਰ ਐਂਡ ਕੋਈ ਵੀ ਟੂਰਨਾਮੈਂਟ ਆਪਰੇ ਕੈਨੇਡਾ ਸੌਰੀ ਕੈਨੇਡਾ ਟੀਮ ਲਈ ਹੀ ਯੂਸ ਟੂ ਪਲੇ ਐਂਡ ਉਹਨੇ ਪੂਰਾ ਸਾਡਾ ਹੌਸਲਾ ਵਧਾਇਆ ਕਿ ਆਪਾਂ ਜੋ ਕੰਮ ਕਰ ਰਿਹਾ ਚੰਗਾ ਕਰ ਰਹੇ ਆਂ ਐਂਡ ਹਰ ਬਿਜ਼ਨਸ ਚ ਪਹਿਲਾ ਪਹਿਲਾ ਖਾਈ ਤਾਂ ਹੁੰਦੀ ਆ ਲੱਕੀ ਨੇ ਸਾਡਾ ਸਾਥ ਦਿੱਤਾ ਫਰਮ ਡੇ 1 ਤੇ ਹੋਂ ਤੱਕ ਵੀ ਤਸਨਾਬਾਦ ਵੀ ਹੀ ਇਜ਼ देयर ਫੋਰ ਅਸ ਐਂਡ ਹੁਣ ਆਪਾਂ ਥੋੜੀ ਜਿਹੀ ਉਹਨਾਂ ਨਾਲ ਆਪਾਂ ਮੈਨੂੰ ਪਤਾ ਆਪਾਂ ਇੰਟਰਵਿਊ ਕੀਤੀ ਸੀਗੀ ਸੋ ਥੋੜਾ ਜਿਹਾ ਹੋਰ ਦੱਸੋ ਸਾਨੂੰ ਲੱਕੀ ਬਾਏ ਹਾਂਜੀ ਅਸੀਂ ਉਹਨਾਂ ਨਾਲ ਇੰਟਰਵਿਊ ਕੀਤੀ ਉਹਨਾਂ ਦੇ ਕਬੱਡੀ ਦੇ ਕਰੀਅਰ ਬਾਰੇ ਕਿ ਉਹਨਾਂ ਦੇ ਕਿਹੜੇ ਕਿਹੜੇ ਉਹਨਾਂ ਦੀ ਅਚੀਵਮੈਂਟਸ ਰਹੀਆਂ ਨੇ ਕਬੱਡੀ ਦੇ ਵਿੱਚ ਤੇ ਪਲੱਸ ਉਹਨਾਂ ਨਾਲ ਗੱਲਬਾਤ ਕੀਤੀ ਕਬੱਡੀ ਦੇ sport ਦੇ ਵਿੱਚ ਕੀ ਬਦਲਾਅ ਆਇਆ ਪਿਛਲੇ 20 ਸਾਲਾਂ ਦੇ ਵਿੱਚ ਕੀ ਬੈਟਰਮੈਂਟ ਹੋਈ ਉਹਦੇ ਵਿੱਚ ਪਲੱਸ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਕਿਵੇਂ ਚੈਂਪੀਅਨਸ ਕਬੱਡੀ ਲੀਗ ਬਹੁਤ ਹੀ ਚੰਗਾ ਉਪਰਾਲਾ ਰਹੀ ਹੈ ਕਬੱਡੀ ਦੀ ਗੇਮ ਨੂੰ ਬਿਹਤਰ ਬਣਾਉਣ ਵਾਸਤੇ ਸੋ ਲੈਟਸ ਹੀਅਰ ਇਟ ਫਰੋਂ ਲੱਕੀ ਕੋਰਲੀ ਐਕਚੁਅਲੀ ਪਹਿਲਾਂ ਨਾ ਪਿੰਡ ਜਦੋਂ ਮੈਂ ਖੇਡਣੀ ਸ਼ੁਰੂ ਕੀਤੀ ਹੈ ਕਬੱਡੀ ਉਦੋਂ ਹੁੰਦਾ ਸੀ ਮੈਂ ਜਾਫੀ ਮੈਂ ਜਫੇ ਲਾਉਣਾ ਹੁੰਦਾ ਛੋਟਾ ਹੁੰਦਾ ਤੇ ਪਿੰਡ ਵਾਲਿਆਂ ਨੇ ਕਿਤੇ ਕਿਤੇ ਮੈਨੂੰ ਲੈ ਜਾਣਾ ਖੇਡਣ ਲਈ ਜਫ ਵਿੱਚ ਸਟਾਪ ਲਾਈਨ ਤੇ ਖੜਾ ਕਰ ਲੈਣਾ ਵੈਸੇ ਹੀ ਕਿਉਂਕਿ ਸਰੀਰ ਠੀਕ ਜਿਹਾ ਹੁੰਦਾ ਸੀ ਉਦੋਂ ਜਦੋਂ ਉੱਠਦੇ ਸੀ 16 17 ਸਾਲ ਦੇ ਤਾਂ ਐਥਲੈਟਿਕ ਬੋਡੀ ਹੁੰਦੀ ਸੀਗੀ ਮੇਰੀ ਬੜੀ ਕੱਟਕੁੱਟ ਤਿੱਖਾ ਜਿਹਾ ਸਰੀਰ ਬਹੁਤ ਕੱਟ ਕਬੱਡੀ ਵਾਲਿਆਂ ਦਾ ਇਦਾਂ ਦਾ ਸਰੀਰ ਹੁੰਦੇ ਸੀ ਉਦੋਂ ਤੇ ਉਹਨਾਂ ਨੇ ਮੈਨੂੰ ਸਟਾਪ ਲਾਈਨ ਤੇ ਖੜਾ ਕਰ ਲੈਣਾ ਮੈਨੂੰ ਕਿਹਾ ਕਿਸੇ ਨੇ ਨਹੀਂ ਪਰ ਵੈਸੇ ਆ ਜੋਦੋ ਮੈਂ profession ਤਰੀਕੇ ਨਾਲ ਕਬੱਡੀ ਸ਼ੁਰੂ ਕੀਤੀ ਆ ਉਦੋਂ ਅਮ ਥੋੜਾ ਜਿਹਾ speed ਵਗੈਰਾ ਜਾਨ ਆ ਗਈ ਜਿਹੋ ਜੀ ਜਾਨ ਰੇਡਰ ਨੂੰ ਚਾਹੀਦੀ ਆ ਸੋ ਸਟਾਪ ਦੇ ਵਿੱਚ ਬਹੁਤਾ ਕਾਮਯਾਬ ਨਹੀਂ ਮੈਂ ਹਾਂ ਫਿਰ ਮੈਂ ਆਪ ਹੀ ਸੋਚਿਆ ਕਿ ਮੈਂ ਰੇਡ ਪਾ ਸਕਦਾ ਮੇਰਾ ਵੱਡਾ ਬ੍ਰਦਰ ਖੇਡਦਾ ਹੁੰਦਾ ਸੀ ਦੀਪਾ ਉਹ ਭਾਜੀ ਹੁਣਾਂ ਨੇ ਕਿਹਾ ਤੂੰ ਕਬੱਡੀ ਰੇਡਰ ਬਣ ਸਕਦਾ ਸੋ ਐਕਚੁਅਲੀ ਉਹਨਾਂ ਨੇ ਮੈਨੂੰ ਲਾਇਆ ਕਬੱਡੀ ਖੇਡਣ ਫਿਰ ਉਹਨਾਂ ਨੇ ਕਿਹਾ ਰੇਡਾਂ ਪਾਇਆ ਕਰ ਫਿਰ ਰੇਡਾਂ ਪਾਉਣੀਆਂ ਸ਼ੁਰੂ ਕੀਤੀਆਂ ਪਿੰਡ ਵੱਲੋਂ ਪਿੰਡ ਕਰਾਲੀ ਵੱਲੋਂ ਤੇ ਨਾਲ-ਨਾਲ ਫਿਰ ਐਥਲੈਟਿਕ ਚੱਲਦੀ ਸੀ ਤੇ ਉਹ ਜਿਹੜਾ ਐਥਲੈਟਿਕ ਦਾ ਇਹ ਸੀਗਾ ਵੀ ਐਥਲੈਟਿਕ ਨਾਲ ਤੁਸੀਂ ਫਿਟ ਬਹੁਤ ਰਹਿੰਨੇ ਆ ਕਬੱਡੀ ਜਦੋਂ ਨਾ ਤਾਂ ਸਾਡਾ ਕੋਈ ਕੋਚ ਸੀਗਾ ਕਬੱਡੀ 'ਚ ਤੇ ਨਾ ਕੋਈ ਸਾਨੂੰ ਦੱਸਣ ਵਾਲਾ ਸੀ ਕੀ ਖਾਣਾ ਕੀ ਪ੍ਰੈਕਟਿਸ ਕਰਨੀ ਪਰ ਮੈਂ ਸਪੋਰਟਸ ਸਕੂਲ ਜਲੰਧਰ ਦੇ ਵਿੱਚ ਪੜਦਾ ਸੀਗਾ ਸੋ ਉੱਥੋਂ ਫਿਰ ਐਥਲੈਟਿਕ ਕੋਚ ਸ਼੍ਰੀ ਰਾਮ ਪ੍ਰਤਾਪ ਜੀ ਬਹੁਤ ਜ਼ਬਰਦਸਤ ਕੋਚ ਹੋਏ ਆ ਐਥਲੈਟਿਕ ਦੇ ਬੜੇ ਜ਼ਬਰਦਸਤ ਇੰਟਰਨੈਸ਼ਨਲ ਪਲੇਅਰ ਉਹਨਾਂ ਨੇ ਪੈਦਾ ਕੀਤੇ ਉਹਨਾਂ ਕੋਲ ਮੈਂ ਐਥਲੈਟਿਕ ਕਰਦਾ ਹੁੰਦਾ ਸੀ ਸ਼ਾਰਟ ਪੁੱਟ ਹੈਮਰ ਥਰੋ ਤੇ ਡਾਈਟ ਦਾ ਵੀ ਪਤਾ ਲੱਗ ਗਿਆ ਟ੍ਰੇਨਿੰਗ ਦਾ ਪਤਾ ਲੱਗ ਗਿਆ ਪ੍ਰੈਕਟਿਸ ਕਿਦਾਂ ਕਰਨੀ ਆ ਤੁਸੀਂ ਤੁਹਾਨੂੰ ਕੀ ਕੀ ਚਾਹੀਦਾ ਕਿੰਨੇ ਦਿਨ ਕਰਨੀ ਆ ਕਿੰਨੇ ਵੀਕ ਕਰਨੀ ਆ ਰਾਈਟ ਕਿੰਨੀ ਕੁ ਹੈਵੀ ਕਰਨੀ ਆ ਮੈਚ ਤੋਂ ਪਹਿਲਾਂ ਕਿਦਾਂ ਰਹਿਣਾ ਉਹ ਸਾਰੀਆਂ ਟੈਕਨੀਕ ਗੱਲਾਂ ਜਿਹੜੀਆਂ ਆ ਉਹ ਮੈਂ ਕੋਚ ਸਾਹਿਬ ਤੋਂ ਸਿੱਖੀਆਂ ਜਾ ਕੇ ਸਪੋਰਟਸ ਸਕੂਲ ਜਲੰਧਰ ਤੇ ਉਸ ਤੋਂ ਬਾਅਦਾਂ ਫਿਰ ਕਬੱਡੀ ਹੌਲੀ 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 ਪੈਂਡ ਖੇਡਦੇ ਹੁੰਦੇ ਸੀ ਪਰ ਜਦੋਂ ਥੋੜਾ ਜਿਹਾ ਫਿਰ ਚਮਕਣਾ ਸ਼ੁਰੂ ਕੀਤਾ ਉਦੋਂ ਫਿਰ ਮੇਰੇ ਪੈਂਡ ਦੇ ਨਾਲ ਪੈਂਡ ਆ ਲੱਲੀਆਂ ਕਲਾਾਂ ਜਿੱਥੋਂ ਦਾ ਰੀਡਰ ਬਹੁਤ ਜ਼ਬਰਦਸਤ ਸੰਦੀਪ ਲੱਲੀਆਂ ਹੋਇਆ ਉਹਨਾਂ ਨੂੰ ਉਹਨਾਂ ਕੋ ਉਦੋਂ ਇੱਕ ਲਾਅ ਬਣਾਤਾ ਸੀ ਇੰਡੀਆ ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਬਲਵਿੰਦਰ ਫਿੱਡੂ ਭਾਜੀ ਜਿਹੜੇ ਇਕੱਲੇ ਹੀ ਮੈਚ ਜਿੱਤ ਕੇ ਲੈ ਜਾਂਦੇ ਸੀ ਤਾਂ ਉਸ ਤੋਂ ਬਾਅਦ ਸਾਡੇ ਜਿੱਦਾਂ ਆਈਡਲ ਲਾ ਲੋ ਹਰਜੀਤ ਬਾਜਾਖਾਨਾ ਫਿੱਡੂ ਭਾਜੀ ਪਰ ਮੇਰੇ ਬਹੁਤ ক্লোਜ਼ ਪਿੰਡ ਦੇ ਨਾਲ ਹੀ ਨੈਕਸਟ ਪਿੰਡ ਹੁੰਦਾ ਸੀ ਗਾਖਲਾਂ ਜਿੱਥੋਂ ਦਾ ਮਾਨੀ ਗਾਖਲ ਬਹੁਤ ਜ਼ਬਰਦਸਤ ਰੀਡਰ ਹੋਇਆ ਹਿਸਟਰੀ ਕੀਤੀ ਆ ਉਹਨਾਂ ਨੇ ਬਹੁਤ ਲੋਕ ਘਾਟੇ ਨਾਲ ਕੰਟਰੀਆਂ ਚ ਉਹਨਾਂ ਨੂੰ ਜਾਣਦੇ ਆ ਅੱਜ ਕੱਲ ਇੰਗਲੈਂਡ ਰਹਿੰਦੇ ਆ ਉਹ ਉਸ ਬੰਦੇ ਨੇ ਸਵੇਰ ਨੂੰ ਆ ਜਾਣਾ ਖੇਡਣ ਸਾਡੇ ਏਰੀਆ ਦੇ ਵਿੱਚ ਲੁਧਿਆਣੇ ਤੱਕ ਸਾਰੇ ਪੰਜਾਬ ਚ ਉਹਨਾਂ ਨੇ ਜਿੱਤਿਆ ਸਹਾਨਿਆਂ ਨੂੰ ਤੀਰਥਗਾਖ ਉਹਨਾਂ ਦਾ ਜਾਫੀ ਹੁੰਦਾ ਜੀ ਉਹ ਕੱਲੇ ਬੰਦੇ ਨੇ 64 ਕਿਲੋ ਤੋਂ ਲੈ ਕੇ ਨਾ ਓਪਨ ਤੱਕ ਉਹ ਕੱਲਾ ਬੰਦਾ ਜਿੱਤ ਕੇ ਲੈ ਜਾਂਦਾ ਸੀ ਟੀਮ ਲੋਕਾਂ ਨੇ ਕਿਹਾ ਨਾ ਯਾਰ ਕੱਲਾ ਆਉਂਦਾ ਤਿੰਨ ਕ ਚਾਰ ਜਾਫੀ ਆ ਕੱਲਾ ਹੀ ਰੇਡਾਂ ਪਾਉਂਦਾ ਸਾਰਾ ਦਿਨ 64 ਕਿਲੋ ਚ ਵੀ ਤੇ ਓਪਨ ਚ ਵੀ ਤੇ ਜਿੱਤ ਕੇ ਦੋਨੇ ਫਾਸਟ ਲੈ ਜਾਂਦੀਆਂ ਉਹਨੇ ਟੀਮਾਂ ਤੇ ਫਿਰ ਮੈਨੇਜਮੈਂਟ ਜਾਂ ਹੋਰ ਲੋਕ ਜਿਹੜੇ ਕੋਚ ਸਹਿਵਾਨ ਜਾਂ ਰੈਫਰੀਜ਼ ਉਹਨਾਂ ਨੇ ਸਾਨੂੰ ਨੇ ਇੱਕ ਸਲਾਹ ਕੀਤੀ ਉਧਰੋਂ ਵੱਡੀਆਂ ਟੀਮਾਂ ਜਿਹੜੀਆਂ ਆਉਂਦੀਆਂ ਉਹ ਫਿੱਡੂ ਕੱਲਾ ਭਾਜੀ ਜੱਤ ਲੰਦਾ ਹੁੰਦਾ ਸੀ ਉਹ ਕਹਿੰਦੇ ਨਹੀਂ ਇੱਕ ਬੰਦਾ ਇੱਕੋ ਹੀ ਰੇਡ ਪਾ ਸਕਦਾ ਸੋ ਇਹ ਰਾਊਂਡ 95 ਚ ਇਹ ਰੂਲ ਇਹਨਾਂ ਨੇ ਬਣਾਇਆ 94 95 ਚ ਕੋਈ ਕੋਈ ਪਿੰਡ ਚ ਫਿਰ ਸਾਰੇ ਪਾਉਂਦੇ ਸੀਗੇ ਪਰ ਫਿਰ ਇਹਨਾਂ ਨੇ ਪੱਕਾ ਹੀ ਰੂਲ ਬਣਾਤਾ ਸੋ ਉਸ ਰੂਲ ਦਾ ਕਰਕੇ ਮੈਨੂੰ ਚਾਂਸ ਮਿਲਿਆ 1996 ਦੇ ਵਿੱਚ ਲੱਲੀਆਂ ਕਲਾਂਲੋਂ ਖੇਡਣ ਲਈ ਕਿਉਂਕਿ ਉੱਥੇ ਸੰਦੀਪ ਕੱਲਾ ਰੀਡਰ ਸੀ ਉਹਨਾਂ ਦਾ ਸੋ ਕੰਦੇ ਯਾਰ ਸਾਡੇ ਕੋਲ ਰੇਡਰ ਨਹੀਂ ਹੈਗਾ ਸਾਨੂੰ ਰੇਡਰ ਦੀ ਲੋੜ ਆ ਤੂੰ ਸਾਡੇ ਨਾਲ ਖੇਡਣ ਚੱਲਿਆ ਕਰ ਸੋ ਜਿੱਥੋਂ ਕਬੱਡੀ ਦੀ ਸ਼ੁਰੂਆਤ ਹੋਈ ਸੋ ਕਬੱਡੀ ਉਦੋਂ ਤੋਂ ਫਿਰ ਖੇਡਣੀ ਸ਼ੁਰੂ ਕੀਤੀ ਉਹਨਾਂ ਦੇ ਨਾਲ ਫੇ ਪੰਜਾਬ ਦੀ ਕੋਈ ਵੀ ਟੀਮ ਨਹੀਂ ਜਿਹੜੀ ਅਸੀਂ ਨਹੀਂ ਜਿੱਤੀ ਸਾਡੇ ਨਾਲ ਸਾਡੀ ਬਹੁਤ ਵਧੀਆ ਹੁੰਦੀ ਸੀ ਕਿਤੇ ਜਾਣਾ ਖੇਡਣ ਉਹਨਾਂ ਨੂੰ ਪਤਾ ਲੱਗੇ ਵੀ ਆਹ ਟੀਮ ਆ ਗਈ ਆ ਸੋ ਅਸੀਂ ਦੋਨੇ ਫਿਰ ਇਕੱਠੇ ਹੀ ਬਾਹਰ ਆਏ ਆ ਅਸੀਂ ਦੋਨਾਂ ਨੇ ਫਿਰ ਬਹੁਤ ਮੈਚ ਜਿੱਤੇ ਆ ਫਿਰ ਕੈਨੇਡਾ ਤੋਂ ਵੀ ਟੀਮ ਜਾਣੀ ਨਾ ਕਈ ਵਾਰੀ ਇੱਥੋਂ ਭਾਜੀ ਹੁਣੀ ਲੈ ਕੇ ਗਿਆ ਉਦੋਂ ਤਾਂ ਐਨਰਜੀ ਤੇ ਪ੍ਰਦਾਨ ਹੁੰਦਾ ਸੀ ਜਦੋਂ ਫੈਡਰੇਸ਼ਨ ਦਾ ਉਸ ਤੋਂ ਪਹਿਲਾਂ ਪੁਰੇਵਾਲ ਭਾਜੀ ਹੁੰਦੇ ਇਹਨਾਂ ਟੀਮ ਲਿ ਜਾਂਦੇ ਹੁੰਦੇ ਸੀ ਹਕੀਮਪੁਰ ਮੈਚ ਹੁੰਦੇ ਹੁੰਦੇ ਸੀ ਅਸੀਂ 1-2 ਸਾਲ ਕੈਨੇਡਾ ਨਾਲੋਂ ਵੀ ਖੇਡੇ ਆ ਕਿਉਂਕਿ ਉਦੋਂ ਅਸੀਂ ਕੈਨੇਡਾ ਨਹੀਂ ਰਹਿੰਦੇ ਸੀ ਪਰ ਸਾਨੂੰ ਖਲਾਇਆ ਸੀ ਅਸੀਂ ਵਧੀਆ ਸੀ ਉਹਨੂੰ ਜਦੋਂ ਨਾ ਪਾ ਗਏ ਅਸੀਂ ਉੱਠਦੇ ਸੀ ਜਦੋਂ ਸੋ ਇਹ ਸ਼ੁਰੂਆਤ ਮੇਰੀ ਕਬੱਡੀ ਦੀ ਉਦੋਂ ਹੋਈ ਪਹਿਲੇ ਦਿਨ ਕਬੱਡੀ ਸ਼ੁਕਲ ਲਈ ਜਦੋਂ ਤੁਸੀਂ ਪਿੰਡ ਰਹਿੰਦੇ ਆ ਹਰ ਪਿੰਡ ਦੇ ਵਿੱਚ ਛੋਟੇ-ਛੋਟੇ ਬੱਚੇ ਕਬੱਡੀ ਖੇਡਦੇ ਗਰਾਊਂਡ ਦੇ ਵਿੱਚ ਸੋ ਪਹਿਲੇ ਦਿਨ ਜਦੋਂ ਮੈਂ ਕੋਈ ਸੁਰਤ ਸੰਭਾਲੀਆ ਮੇਰਾ خیال 12 ਸਾਲ ਦਾ 11 ਸਾਲ ਦਾ ਬੱਚਾ ਜਦੋਂ ਉੱਟਦਾ ਫਿਰ ਪਿੰਡ ਖੇਡਦੇ ਹੁੰਦੇ ਆ ਕਿਉਂਕਿ ਇਹਨੂੰ ਤਾਂ ਹੀ ਮਾਂ ਖੇਡ ਕਿਹਾ ਜਾਂਦਾ ਕਿਉਂਕਿ ਪਿੰਡ ਪਿੰਡ ਖੇਡੀ ਜਾਂਦੀ ਆ ਗਰਾਸ ਤੋਂ ਸ਼ੁਰੂ ਹੁੰਦੇ ਲੋਕ ਕੋਈ ਤੁਹਾਡਾ ਕੋਚ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਵੈਸੇ ਹੀ ਸ਼ੁਕਲ ਲਈ ਪਹਿਲੇ ਦਿਨ ਖੇਡਣ ਗਏ ਕਬੱਡੀ ਗਰਾਊਂਡ ਦੇ ਵਿੱਚ ਪਿੰਡ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹ ਪਹਿਲਾਂ ਕੰਮ ਕਰਕੇ ਆਉਣਾ ਖੂ ਖੂ ਤੇ ਆ ਕਿਉਂਕਿ ਆਪਾਂ ਜ਼ਿੰਮੇਵਾਰ ਸਾਰੇ ਹੈਗੇ ਜ਼ਿੰਮੇਵਾਰਾਂ ਦੇ ਬੱਚੇ ਆ ਅਸੀਂ ਤੇ ਪਹਿਲਾਂ ਉੱਥੇ ਕੰਮ ਕਰਨਾ ਖੂਤੇ ਤੇ ਸ਼ਾਮ ਨੂੰ ਵੇਟ ਕਰਨੀ ਕਿ ਕਦੋਂ ਫਿਰ ਪਿੰਡ ਜਾ ਕੇ ਗਰਾਊਂਡ ਦੇ ਵਿੱਚ ਖੇਡੀਏ ਕਬੱਡੀ ਤੇ ਫਿਰ ਉੱਥੇ ਕਬੱਡੀ ਖੇਡਣੀ ਖੇਡਣੀ ਆਉਂਦੀ ਨਹੀਂ ਹੁੰਦੀ ਸੀ ਉੱਧੇ ਹੀ ਬਸ ਇੱਕ ਉਹ ਇੰਜੋਏ ਜਿਹਾ ਹੁੰਦਾ ਸੀ ਕਿਉਂਕਿ ਉਹ ਪਹਿਲੀ ਸਪੋਰਟ ਸੀ ਮੇਰੀ ਕਬੱਡੀ ਆ ਵੀ ਜਦੋਂ ਸ਼ੁਰੂ ਕੀਤੀ ਪਿੰਡ ਤੋਂ ਸੋ ਪਿੰਡਾਂ ਦੇ ਵਿੱਚ ਫਿਰ ਇਦਾਂ ਸ਼ੌਂਕ ਹੌਲੀ-ਹੌਲੀ ਪੈ ਗਿਆ ਕਬੱਡੀ ਖੇਡਣ ਦਾ ਬਹੁਤ ਮੈਚ ਖੇਡੇ ਆ ਜਦੋਂ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਮੈਂ 16 ਸਾਲ 15 ਤੋਂ 16 ਸਾਲ ਇੰਟਰਨੈਸ਼ਨਲ ਲੈਵਲ ਤੇ ਖੇਡੇ ਆ ਸੋ ਤੁਸੀਂ ਬਹੁਤ ਮੈਚ ਖੇਡਦੇ ਆ ਤੁਸੀਂ ਖੁਦ ਵੀ ਰਿਲੇਟਡ ਆ ਕਬੱਡੀ ਦੇ ਨਾਲ ਕਿਉਂਕਿ ਕਬੱਡੀ ਦੇ ਨਿਤ ਨਵੇਂ ਮੈਚ ਹੁੰਦੇ ਆ ਤੁਹਾਨੂੰ ਯਾਦ ਰੱਖਣਾ ਬਹੁਤ ਹਾਰਡ ਆ ਪਰ ਇੱਕ ਵਾਰੀ ਜਦੋਂ ਮੈਂ ਨਾ ਉੱਠਦਾ ਉੱਠਦਾ ਸੀ ਤੇ ਅ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਮੈਚ ਹੋਇਆ ਸੀ ਉਦੋਂ ਤਾਂ ਉੱਥੇ ਸਾਡਾ ਸ਼ੋ ਉਦੋਂ ਪਹਿਲਾਂ ਸ਼ੋ ਮੈਚ ਹੁੰਦੇ ਹੁੰਦੇ ਸੀ ਸਾਡਾ ਮੈਚ ਉੱਥੇ ਬਿਜਲੀ ਬੋਰਡ ਨਾਲ ਹੋਇਆ ਤੇ ਅਸੀਂ ਅਮਰੀਕਾ ਦੀ ਟੀਮ ਲਈ ਖੇਡਦੇ ਹੁੰਦੇ ਸੀਗੇ ਬਾਬਾ ਜੌਨ ਜੀ ਨੇ ਉਦੋਂ ਟੀਮ ਬਣਾਈ ਸੀ ਤੀਰਤ ਭਾਜੀ ਉਹਨਾਂ ਨੇ ਰਲ ਕੇ ਅਸੀਂ ਉਹਨਾਂ ਲਈ ਖੇਡਦੇ ਹੁੰਦੇ ਸੀ ਮੈਂ ਗਾਂਧੀ ਸੰਦੀਪ ਕਲੱਚ ਤੇ ਅਸੀਂ ਇਹ ਰੀਡਰ ਹੁੰਦੇ ਸੀ ਬਿੰਦੂ ਅੰਕਾ ਤੇ ਉੱਥੇ ਸਾਡਾ ਮੈਚ ਪਿਆ ਬਿਲੀ ਬੋਰਡ ਨਾਲ ਬਿਲੀ ਬੋਰਡ ਵੱਲੋਂ ਜਾਫੀ ਹੁੰਦੇ ਸੀ ਨੇਕੀ ਫੌਜੀ ਤੇ ਨਾ ਨੂੰ ਪੀਰਾ ਸੱਦਵਾ ਜਤਿੰਦਰ ਬੜੀ ਤਗੜੀ ਸਟਾਪ ਲਾਈਨ ਹੁੰਦੀ ਸੀ ਉੱਥੇ ਨਾ ਸਾਡਾ ਉਹ ਮੈਨੂੰ ਇੱਕ ਰੇਡ ਯਾਦ ਆ ਮੈਂ ਸਾਰੇ ਮੈਚ ਫੜਨੀ ਹੋਇਆ ਤੇ ਜਦੋਂ ਲਾਸਟ 5 ਮਿੰਟ ਉਹਨਾਂ ਨੇ ਦਿੱਤੇ ਤੇ ਮੇਰੇ ਤੇ ਉਹਨਾਂ ਨੇ ਨਾ ਉਹਨਾਂ ਟਾਈਮਾਂ ਦੇ ਵਿੱਚ ਇਹ ਕੋਈ ਗੱਲ ਹੈਗੀ ਆ 99 98 ਦੀ ਗੱਲ ਹੈ ਇਹ ਉਹਨਾਂ ਨੇ ਮੇਰੀ ਰੇਟ ਤੇ 50000 ਰੁਪਇਆ ਲਾਤਾ ਉਦੋਂ ਵੀ ਜਿਹੜਾ ਇਹਨਾਂ ਨੂੰ ਫੜ ਲੂਗਾ ਤੇ ਨਾਲ ਨੂੰ ਬੜਾ ਤਕੜਾ ਹੁੰਦਾ ਸੀ ਬਹੁਤ ਤੇਜ਼ ਹੁੰਦਾ ਸੀਗਾ ਉਦੋਂ ਤੇ ਉਹਨੇ ਮੈਨੂੰ ਬਗਲ ਭਰ ਕੇ ਕੈਂਚੀ ਪਾ ਲਈ ਮੈਂ ਉਹਨੂੰ ਮਤਲਬ ਉਦੋਂ ਯੰਗ ਜਦੋਂ ਹੁੰਦੇ ਤੁਸੀਂ ਤੁਹਾਡੇ ਕਰੰਟ ਜਾਣ ਇੰਨੀ ਹੁੰਦੀ ਆ ਮੈਂ ਉਹਨੂੰ ਖਿੱਚ ਕੇ ਉੱਥੇ ਤੱਕ ਲੈ ਆ ਤੇ ਪਾਲਿਆਂ ਤੱਕ ਮੈਨੂੰ ਲੋਕਾਂ ਨੇ ਚੱਕ ਲਿਆ ਸੋ ਇਹੋ ਜਿਹਾ ਯਾਦਗਾਰੀ ਜਿਹੜੇ ਟੂਰਨਾਮੈਂਟ ਮੇਰੀ ਜ਼ਿੰਦਗੀ ਚ ਬਹੁਤ ਹੋਏ ਇੱਥੇ ਵੈਨਕੂਵਰ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੋਏ ਆ ਸੋ ਉਹ ਜਦੋਂ ਵੀ ਮੈਂ ਪੁਰਾਣਾ ਟਾਈਮ ਯਾਦ ਕਰਦਾ ਆਮ ਵੈਰੀ ਹੈਪੀ ਫੇਰ ਉਹ ਪੁਰਾਣੀਆਂ ਯਾਦਾਂ ਆਉਂਦੀਆਂ ਚੇਤੇ ਟੂਰਨਾਮੈਂਟ ਬਹੁਤ ਜਾਦੇ ਹੋਣ ਲੱਗ ਪਏ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਹਰ ਵੀਕ ਟੂਰਨਾਮੈਂਟ ਆ ਹਰ ਹਫ਼ਤੇ ਟੂਰਨਾਮੈਂਟ ਮਹੀਨੇ ਬਾਅਦ ਵਰਲਡ ਕੱਪ ਹੋਈ ਜਾਂਦੇ ਆ ਔਰ ਉਹਦੇ ਨਾਲ ਪਲੇਅਰਾਂ ਨੂੰ ਬੜਾ ਬੈਨੀਫਿਟ ਹੋ ਰਿਹਾ ਕਿਉਂਕਿ ਅੱਜਕੱਲ ਲੀਗਸ ਵੀ ਬਹੁਤ ਚੱਲ ਪਈਆਂ ਪਾਕਿਸਤਾਨ ਚ ਇੰਡੀਆ ਚ ਕੈਨੇਡ ਇਰਾਨ ਵੀ ਖੇਡਣ ਲੱਪਿਆ ਕਬੱਡੀ ਸੋ ਇਹ ਖੁਸ਼ੀ ਵਾਲੀਆਂ ਚੀਜ਼ਾਂ ਆ ਸੋ ਇਹਦੇ ਨਾਲ ਸਾਡੀ ਕਬੱਡੀ ਹੋਰ ਵੀ ਤਰੱਕੀ ਕਰ ਰਹੀ ਆ ਵੈਰੀ ਹੈਪੀ ਮੈਂ ਖਾਸ ਕਰਕੇ ਕਰਕੇ ਸਾਰੇ ਪ੍ਰਬੰਧਕਾਂ ਨੂੰ ਇਹ ਇਹਦੇ ਲਈ ਇਹ ਵਧਾਈ ਦੇ ਹੱਕਦਾਰ ਆ ਔਰ ਬਹੁਤ ਵਧੀਆ ਇਹ ਹੋ ਰਿਹਾ ਕੰਮ ਜਿਹੜਾ ਸਾਡੇ ਟਾਈਮ ਨਹੀਂ ਹੁੰਦਾ ਸੀਗਾ ਸਾਡੇ ਤੋਂ ਪਹਿਲਾਂ ਵੀ ਨਹੀਂ ਹੁੰਦਾ ਸੀਗਾ ਕਾਰਨ ਜਿਹੜਾ ਸਟਾਰ ਦਾ ਆ ਇੱਕ ਜਿੱਦਾਂ ਪਹਿਲਾਂ ਵੀ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਕਿ ਜਦੋਂ ਅੱਜ ਟੂਰਨਾਮੈਂਟ ਹੋਇਆ ਹੁਣ ਅੱਜ ਤੁਸੀਂ ਬੈਸਟ ਨਿਕਲ ਗਏ ਤਾਂ ਹੁਣ 6 ਮਹੀਨਿਆਂ ਤੱਕ ਤੁਹਾਨੂੰ ਹੀ ਬੈਸਟ ਕਹੀ ਜਾਣਾ ਸਾਰਿਆਂ ਨੇ ਸਾਡੇ ਟਾਈਮ ਅੱਜ ਬੈਸਟ ਨਿਕਲੇ ਫਿਰ 6 ਮਹੀਨੇ ਬਾਅਦ ਕੋਈ ਕੱਪ ਹੁੰਦਾ ਸੀ ਜਾਂ ਸਾਲ ਬਾਅਦ ਹੁੰਦਾ ਸੀ ਵਰਲਡ ਕੱਪ ਸੋ ਟ੍ਰਾਂਟੋ ਵਰਲਡ ਕੱਪ ਹੀ ਲਾ ਲਓ ਜਾਂ ਇੰਡੀਆ 'ਚ ਵਰਲਡ ਕੱਪ ਕੋਈ ਹੋਇਆ ਤੇ ਉਹ ਸਾਲ ਬਾਅਦ ਹੁੰਦਾ ਹੁੰਦਾ ਸੀ ਅੱਜ ਉਸ ਵਰਲਡ ਕੱਪ ਦੇ ਤੁਸੀਂ ਬੈਸਟ ਨਿਕਲੇ ਆ ਇੱਕ ਸਾਲ ਉਹਦਾ ਤੁਸੀਂ ਉਹ ਮਜ਼ਾ ਲੈ ਰਹੇ ਆ ਤੁਹਾਨੂੰ ਮਜ਼ਾ ਆਉਂਦਾ ਦਿਨ ਰਾਤ ਤੁਹਾਨੂੰ ਲੋਕ ਪੁੱਛਦੇ ਯੂਅਰ ਦਾ ਸਟਾਰ ਤੂੰ ਬੈਸਟ ਸੀ ਤੂੰ ਬੈਸਟ ਸੀ ਅੱਜ ਅੱਜ ਵੀਕ ਇੱਥੇ ਟੂਰਨਾਮੈਂਟ ਹੋਇਆ ਲੀਗ ਦਾ ਫਾਈਨਲ ਉੱਥੇ ਬੈਸਟ ਨੈਕਸਟ ਵੀਕ ਕਿਤੇ ਹੋਇਆ ਉਹ ਇੱਕ ਵੀਕ ਦਾ ਹੀ ਰਹਿ ਗਿਆ ਡਿਸਟੈਂਸ ਸੋ ਇਹਦਾ ਕਾਰਨ ਇਹ ਆ ਕਿ ਜਾਦੇ ਟੂਰਨਾ ਉਨਹੀਂ ਪਲੇਅਰ ਨੂੰ ਫਿਰ ਘੱਟ ਲੋਕ ਪੁੱਛਦੇ ਆ ਕਿ ਉਹ ਉਹਦਾ ਸਮਾਂ ਜਿਹੜਾ ਮਜ਼ਾ ਲੈਣ ਦਾ ਇੰਜੋਏ ਕਰਨ ਦਾ ਘੱਟ ਗਿਆ ਟਾਈਮ ਲਿਮਿਟ ਬਹੁਤ ਘੱਟ ਗਈ ਸੋ ਇਸ ਕਰਕੇ ਇੱਕ ਖੁਸ਼ੀ ਵਾਲੀ ਗੱਲ ਵੀ ਆ ਵੀ ਜਾਦੇ ਟੂਰਨਾਮੈਂਟ ਹੁੰਦੇ ਆ ਪਰ ਉਹਦੇ ਚ ਇਹ ਹੈਗਾ ਕਿ ਜਿਹੜਾ ਪਲੇਅਰ ਆ ਤੁਹਾਨੂੰ ਕੀ ਆਪਣੇ ਆਪ ਨੂੰ ਟੌਪ ਰੱਖਣ ਲਈ ਅੱਜ ਕੱਲ ਦੇ ਟਾਈਮ ਬਹੁਤ ਜ਼ਿਆਦੀ ਮਿਹਨਤ ਦੀ ਲੋੜ ਆ ਬਹੁਤ ਜ਼ਿਆਦੀ ਡਬਲ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਹੁਣ ਦੇ ਟਾਈਮ ਹੁਣ ਟੂ ਫਾਸਟ ਕਬੱਡੀ ਆ ਬਹੁਤ ਜਾਨ ਵੀ ਚ ਬਹੁਤ ਜਿਆਦੀ ਚਾਹੀਦੀ ਆ ਸੋ ਇਹ ਚੀਜ਼ਾਂ ਦਾ ਇਫੈਕਟ ਇਹਨਾਂ ਚੀਜ਼ਾਂ ਦੇ ਪਿਆ ਸੋ ਉਹ ਚੀਜ਼ਾਂ ਪਲੇਅਰ ਨੂੰ ਵੀ ਬਸ ਇਹ ਪਤਾ ਹੁੰਦਾ ਕਿ ਵੀ ਕਿਆ ਹੋ ਨੈਕਸਟ ਵੀ ਪਤਾ ਨਹੀਂ ਕੀ ਹੋਣਾ ਕਿਉਂਕਿ ਜਦੋਂ ਅਸੀਂ ਸਾਡੇ ਆਈਡਲ ਹੁੰਦੇ ਫਿੱਡੂ ਭਾਜੀ ਜਾਂ ਅ ਬਾਜਾਖਾਨਾ ਹਰਜੀਤ ਬੜਾ ਮਤਲਬ ਸਵਰਗਵਾਸੀ ਬੜਾ ਵਧੀਆ ਸਾਡਾ ਵੀਰ ਸੀ ਉਹ ਟਾਪ ਦਾ ਪਲੇਅਰ ਮੇਰਾ ਆਈਡਲ ਸੀ ਉਹ ਉਹ ਬੰਦਾ ਸਾਲ-ਸਾਲ ਨਹੀਂ ਫੜ ਹੁੰਦਾ ਸੀ ਕਿਸੇ ਨੂੰ ਇੱਕ ਸਾਲ ਟੂਰਨਾਮੈਂਟ ਚੱਲੀ ਜਾਣੇ ਕਣਾ ਹਰਜੀਤ ਹੀ ਬੈਸਟ ਹੋਣਾ ਯਾਰ ਜਿੱਥੇ ਜਾਣਾ ਹਰਜੀਤ ਹੀ ਬੈਸਟ ਹੋਣਾ ਚਲੋ ਅਸੀਂ ਬਾਅਦ ਚੁੱਠੇ ਉਹਨਾਂ ਨੂੰ ਛੋ ਜੂਨੀਅਰ ਸੀਗੇ ਸਾਨੂੰ ਵੀ ਮੌਕਾ ਮਿਲਿਆ ਉਹਨਾਂ ਨਾਲ ਖੇਡਣ ਦਾ ਸੋ ਇਹ ਬੇਸਿਕਲੀ ਕਾਰਨ ਹੈਗਾ ਕਿ ਟੂਰਨਾਮੈਂਟ ਬਹੁਤ ਹੋਣ ਲੱਗ ਪਿਆ ਅੱਜ ਕੱਲ ਅੱਜ ਕੈਨੇਡਾ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਕੋਈ ਆਰਾਊਂਡ 30 ਤੋਂ 35 ਸਾਲ ਤੱਕ ਪ੍ਰੋਫੈਸ਼ਨਲ ਤਰੀਕੇ ਨਾਲ ਕਬੱਡੀ ਹੋ ਰਹੀ ਆ ਕੈਨੇਡਾ ਦੇ ਵਿੱਚ ਪਰ ਗਰਾਸ ਤੋਂ ਸ਼ੁਰੂ ਨਹੀਂ ਹੋਈ ਉਹਦਾ ਕਾਰਨ ਕੀ ਕਿ ਜੇ ਸਕੂਲਾਂ 'ਚ ਨਹੀਂ ਖੇਡ ਹੁੰਦੀ ਜਦੋਂ ਬੱਚਾ ਉੱਠਦਾ ਜਾਂ ਆਪਣੇ ਮਾਂਪੇ ਜਿਹੜੇ ਪੰਜਾਬੀ ਆ ਜਾਂ ਹੋਰ ਕੰਟਰੀਆਂ ਦੇ ਵਿੱਚ ਆ ਜਿੰਨਾ ਚਿਰ ਇਹ ਗ੍ਰਾਸ ਤੋਂ ਨਹੀਂ ਸ਼ੁਰੂ ਹੁੰਦੀ ਸਕੂਲਾਂ 'ਚ ਨਹੀਂ ਆਉਂਦੀ ਕਬੱਡੀ ਉਹਨਾਂ ਚਿਰ ਅਸੀਂ ਕਬੱਡੀ ਨੂੰ ਇੰਨੀ ਦੂਰ ਤੱਕ ਲਿਜਾ ਨਹੀਂ ਸਕਦੇ ਕਿਉਂਕਿ ਕਬੱਡੀ ਖੇਡਣ ਵਾਲਾ ਜਿਹੜਾ ਕੋਈ ਵੀ ਬੱਚਾ ਆ ਉਹ 15-16 ਸਾਲ ਤੋਂ ਬਾਅਦ ਖੇਡਣ ਲੱਗਦਾ ਔਰ ਜੋ ਜਿਹੜੀਆਂ ਆ ਕੰਟਰੀਆਂ ਜਿਨ੍ਹਾਂ ਚਾਹੀ ਰਹਿੰਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਹੋਰ ਵੀ ਫੋਰਨ ਕੰਟਰੀਆਂ ਉੱਥੇ ਬੱਚਿਆਂ ਕੋਲ ਇੰਨਾ ਟਾਈਮ ਹੈ ਨਹੀਂ ਕਿਉਂਕਿ ਜੇ ਉਹ ਗਰਾਸ 'ਤੇ ਖੇਡਣਗੇ ਉਹਨਾਂ ਦੀ ਉਧਰ ਨੂੰ ਰੁਚੀ ਬਣਨੀ ਆ ਜੇ ਉਹ ਸੌਕਰ 'ਚ ਪੈ ਗਿਆ ਇੱਥੇ ਉਹ ਸੌਕਰ 'ਚ ਚੱਲ ਜਾਂਦੇ ਆ ਆਈਸੋਕੀ 'ਚ ਪੈ ਗਿਆ ਆਈਸੋਕੀ ਚੱਲ ਜਾਣਾ ਉਹਨਾਂ ਰੈਸਲਿੰਗ 'ਚ ਪੈ ਗਿਆ ਰੈਸਲਿੰਗ ਚੱਲ ਜਾਣਾ ਮੁੜ ਕੇ ਚੇਂਜ ਨਹੀਂ ਕਰਦੇ ਕੋਈ ਵੀ ਗੇਮ ਸੋ ਕਬੱਡੀ ਨੂੰ ਘਰ ਘਰ ਪਹੁੰਚਾਉਣ ਲਈ ਇੱਕ ਤਾਂ ਮੈਨੇਜਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਵਧੀਆ ਮੈਨੇਜਮੈਂਟ ਵਧੀਆ ਸੋਚਦੇ ਮਾਲਕ ਉਹ ਰੂਲ ਇਹੋ ਜਿਹੇ ਬਣਾਉਣ ਇਹਦੇ ਰੂਲ ਰੈਗੂਲੇਸ਼ਨ ਇਹਨੇ ਵਧੀਆ ਹੋਣੇ ਚਾਹੀਦੇ ਆ ਤੇ ਉਹ ਰੂ ਰੈਗੂਲੇਸ਼ਨ ਦੇ ਨਾਲ ਕਬੱਡੀ ਚੱਲੇ ਤਾਂ ਬੈਟਰ ਹੋਊਗੀ ਕਿਉਂਕਿ ਫਿਰ ਸਾਰੇ ਬੰਦੇ ਤੁਹਾਨੂੰ ਫਾਲੋ ਕਰਦੇ ਆ ਇੰਟਰਨੈਟ ਦੇ ਥਰੂ ਵੀ ਹੁਣ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਕਬੱਡੀ ਸਾਰੇ ਇਨਵੋਲਵ ਆ ਕਬੱਡੀ ਚੱਲਦੀ ਆ ਬੜੀ ਖੁਸ਼ੀ ਵਾਲੀ ਗੱਲ ਲੋਕ ਘਰ ਘਰ ਦੇਖਦੇ ਆ ਅੱਗੇ ਨਾਲੋਂ ਬਹੁਤ ਫਰਕ ਆ ਅੱਗੇ ਨਾਲੋਂ ਬਹੁਤ ਫਰਕ ਆ ਲੋਕਾਂ ਦੇ ਫੋਨ ਵੀ ਸਾਨੂੰ ਵੀ ਆਉਂਦੇ ਰਹਿੰਦੇ ਆ ਵੀ ਕੋਈ ਕੋਚਿੰਗ ਸੈਂਟਰ ਹੈ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਕਬੱਡੀ 'ਚ ਪਾ ਸਕਦੇ ਆ ਜੇ ਸਕੂਲਾਂ 'ਚ ਨਹੀਂ ਹੈਗੀ ਤਾਂ ਕੁਝ ਕੋਚਿੰਗ ਸੈਂਟਰ ਇਹੋ ਜਿਹੇ ਖੁੱਲੇ ਜਾਣ ਜਿੱਥੇ ਕਬੱਡੀ ਦੇ ਕੈਂਪ ਲੱਗਣ ਵੀਕ ਜਾਂ ਦੋ ਵੀਕ ਉੱਥੇ ਦੱਸਿਆ ਜਾਵੇ ਕਬੱਡੀ ਬਾਰੇ ਨਿਆਣਿਆਂ ਨੂੰ ਬੱਚਿਆਂ ਨੂੰ ਜਿੰਨਾ ਚਿਰ ਬੱਚ ਇਸ ਕਬੱਡੀ ਨੂੰ ਹੋਰ ਦੂਰ ਤੱਕ ਇਹ ਤੋਂ ਵੱਧ ਨਹੀਂ ਲਿਜਾ ਸਕਦੇ ਕਿਤੇ ਵੀ ਮੈਂ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਇੰਗਲੈਂਡ ਆਇਆ ਸੀ ਤੇ ਇੰਗਲੈਂਡ ਉਸ ਵੇਲੇ ਹਰਜੀਤ ਭਾਜੀ ਜੀ ਹੁਣਾਂ ਦੀ ਡੈਥ ਹੋ ਗਈ ਸੀਗੀ ਉਹਨਾਂ ਨੇ ਮਨਜੀਤ ਲੈਟ ਅੱਜਕੱਲੋ ਕੈਨੇਡਾ ਰਹਿੰਦੇ ਆ ਉਹ ਉਹਨਾਂ ਨੇ ਮੈਨੂੰ ਸੱਦਿਆ ਸੀ ਭਾਜੀ ਹੁਣਾਂ ਨੇ ਬਹੁਤ ਜ਼ਬਰਦਸਤ ਬਹੁਤ ਵੱਡੇ ਬਿਜ਼ਨਸਮੈਨ ਆ ਉਹ ਇੰਗਲੈਂਡ ਦੇ ਵਿੱਚ ਉਹਨਾਂ ਦਾ ਬਹੁਤ ਤਾਕੜਾ ਬਿਜ਼ਨਸ ਸੀ ਉਦੋਂ ਉਹਨਾਂ ਨੇ ਟੀਮ ਬਣਾਈ ਸੀ ਸਾਊਥ ਹਾਲ ਦੀ ਮੈਨੂੰ ਉਹਨਾਂ ਨੇ ਉੱਥੇ ਸੱਦਿਆ ਸੀ ਮੈਨੂੰ ਉਹਨਾਂ ਨੇ ਉਹਨਾਂ ਲਈ ਰਿਪਲੇਸ ਕੀਤਾ ਸੀ ਹਰਜੀਤ ਤੋਂ ਕਿਉਂਕਿ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਮੈਨੂੰ ਫਿਰ ਅਸਾਈਨ ਕਰ ਲਿਆ ਸੀ ਖੇਡਣ ਲਈ ਸੋ ਮੈਂ ਉੱਥੇ 2 ਸਾਲ ਉਹਨਾਂ ਦੀ ਕਲੱਬ ਲਈ ਖੇਡਿਆ ਲਗਾਤਾਰ ਫਿਰ ਪਹਿਲੇ ਸਾਲ ਜਦੋਂ ਮੈਂ ਆਇਆ ਇੰਗਲੈਂਡ ਕਿਉਂਕਿ ਜਦੋਂ ਵੀ ਕੋਈ ਬੰਦਾ ਇੰਡੀਆ ਤੋਂ ਆਉਂਦਾ ਇਹਨਾਂ ਕੰਟਰੀਆਂ ਵਿੱਚ ਖੇਡਣ ਲਈ ਇੱਥੇ ਗਰਾਊਂਡਾਂ ਡਿਫਰੈਂਟ ਆ ਲੋਕ ਡਿਫਰੈਂਟ ਆ ਇੱਥੇ ਦਾ ਪਹਿਰਾਵਾ ਡਿਫਰੈਂਟ ਆ ਇੱਥੇ ਕਬੱਡੀ ਡਿਫਰੈਂਟ ਤਰੀਕੇ ਨਾਲ ਹੁੰਦੀ ਆ ਕੋਰੂਡ ਰੈਗੂਲੇਸ਼ਨ ਜ਼ਿਆਦਾ ਆ ਇੰਡੀਆ ਦੇ ਨਾਲੋਂ ਇੰਡੀਆ ਤਾਂ ਫਿਰ ਤੱਕਾ ਵੀ ਕੇਰੇ ਚੱਲ ਜਾਂਦਾ ਸੋ ਉਹ ਪ ਅੱਠਾਂ ਟੂਰਨਾਮੈਂਟ ਦੇ ਬੈਸਟ ਰੇਡਰ ਸੀ ਲੋਕਾਂ ਨੇ ਬਹੁਤ ਪਿਆਰ ਕੀਤਾ ਬਹੁਤ ਜ਼ਿਆਦਾ ਜਦੋਂ ਮੈਂ ਗਰਾਊਂਡ 'ਚ ਜਾਂਦਾ ਸੀ ਲੋਕੀ ਇਦਾਂ ਮਤਲਬ ਉੱਥੇ ਕੈਨੇਡਾ 'ਚ ਹਜੇ ਇੰਨੇ ਲੋਕ ਤੁਹਾਨੂੰ ਚੱਕਦੇ ਨਹੀਂ ਜਿੰਨਾ ਇੰਗਲੈਂਡ 'ਚ ਤੇ ਕਰਦੇ ਇੰਗਲੈਂਡ 'ਚ ਪੈਸੇ ਸਿੱਟੀ ਆਉਂਦੇ ਆ ਪਾਉਂਡ 5 5 10 10 ਡਾਲਰ ਦੇ ਨੋਟ ਤੁਹਾਡੇ ਨਾਲ ਦੇ ਵਾਲੇ ਢੇਰ ਲਾ ਦਿੰਦੇ ਆ ਜਿੱਦਾਂ ਜਿਹਨੂੰ ਉਹ ਪਿਆਰ ਕਰਦੇ ਆ ਸੋ ਮੇਰਾ ਉਹ ਸਾਰਾ ਸੀਜ਼ਨ 3 ਮਹੀਨਿਆਂ ਦਾ ਬੈਸਟ ਸੀਜ਼ਨ ਮੇਰੀ ਜ਼ਿੰਦਗੀ ਦਾ ਸੀਗਾ ਜਦੋਂ ਮੇਰੀ ਸਟਾਰਟਿੰਗ ਸੀ ਤੇ ਮੈਨੂੰ ਇੰਨੀ ਹਲਾਸ਼ੇਰੀ ਮਿਲੀ ਖੇਡਣ ਦੀ ਸ਼ਾਇਦ ਮੈਂ ਜੇ ਮੈਨੂੰ ਇਦਾਂ ਨਾ ਹੁੰਦਾ ਤਾਂ ਮੈਂ ਅੱਜ ਕੈਨੇਡਾ ਵੀ ਨਾ ਹੁੰਦਾ ਸ਼ਾਇਦ ਮੈਂ ਕਬੱਡੀ ਪਹਿਲਾਂ ਹੀ ਬਹੁਤ ਚਿਰ ਪਹਿਲਾਂ ਹੀ ਛੱਡ ਦਿੰਦਾ ਕਿਉਂਕਿ ਉਹ ਜਿਹੜਾ ਇੰਗਲੈਂਡ ਦਾ ਇੱਕ ਸੀਜ਼ਨ ਸੀ ਉਸ ਸੀਜ਼ਨ ਨੇ ਮੇਰੇ ਦਿਮਾਗ ਤੇ ਬਹੁਤ ਅਸਰ ਪਾਇਆ ਕਿ ਕਬੱਡੀ ਹੀ ਇੱਕ ਐਹੋਜੀ ਗੇਮ ਆ ਜਿਹਦੇ ਨਾਲ ਮੈਂ ਸਕਸੈਸ ਹੋ ਸਕਦਾ ਮੈਂ ਦੁਨੀਆ ਤੱਕ ਪਹੁੰਚ ਸਕਦਾ ਮੈਂ ਹੋਰ ਵੀ ਇਹਨਾਂ ਦੇ ਵਿੱਚ ਜਰੀਏ ਬਣਦੇ ਆ ਤੁਸੀਂ ਮਿਲਦੇ ਆ ਵਧੀਆ ਵਧੀਆ ਲੋਕਾਂ ਨੂੰ ਵਧੀਆ ਵਧੀਆ ਇਨਸਾਨ ਨੂੰ ਤੁਹਾਡੇ ਹੋਰ ਜਰੀਏ ਬਣਦੇ ਹੋਰ ਰਾਹ ਬਣਦੇ ਆ ਉਹ ਸਾਰੇ ਉਸ ਪਹਿਲੇ ਸੀਜ਼ਨ ਨੇ ਮੈਨੂੰ ਇੱਥੇ ਤੱਕ ਪ ਇਲੈਕਸ਼ਨ ਹੋਈ ਥੋ ਇੰਗਲੈਂਡ ਤੋਂ ਬਾਬੇ ਹਰਪ੍ਰੀਤ ਭਾਈ ਜੀ ਹੁਣਾਂ ਨੇ ਟੀਮ ਬਣਾ ਕੇ ਲਿਆਂਦੀ ਸੀ ਉਦੋਂ ਬਲਵਿੰਦਰ ਫਿੱਡੂ ਭਾਈ ਜੀ ਹੁਣਾਂ ਨੇ ਅਸੀਂ ਇੱਥੇ ਆ ਕੇ ਮੈਚ ਬਹੁਤ ਵਧੀਆ ਮੈਂ ਖੇਡੇ ਬੜਾ ਲੋਕਾਂ ਨੇ ਪਿਆਰ ਦਿੱਤਾ ਟ੍ਰਾਂਟੋ ਮੈਂ ਜਦੋਂ ਉਤਰਿਆ ਬਹੁਤ ਲੋਕਾਂ ਨੇ ਸਲਾਹਿਆ ਕਰਕੇ ਮੈਂ ਬਹੁਤ ਤਗੜਾ ਸੀਜ਼ਨ ਖੇਡਿਆ ਸੀ ਇੰਗਲੈਂਡ ਦੇ ਵਿੱਚ ਉਸ ਤੋਂ ਬਾਅਦ ਫਿਰ ਇੱਕ ਵਰਲਡ ਕੱਪ ਇੱਥੇ ਕਰਾਇਆ ਸੀਗਾ ਵੈਨਿਕਓਵਰ ਦੇ ਵਿੱਚ ਉਸੇ ਸਾਲ ਫਿਰ ਅਸੀਂ ਇੱਥੇ ਉਹ ਵਰਲਡ ਕੱਪ ਜਿੱਤ ਗਏ ਸੀਗੇ ਇੰਡੀਆ ਦੀ ਟੀਮ ਇੱਥੇ ਕੈਨੇਡਾ ਨੂੰ ਅਸੀਂ ਹਰਾਇਆ ਅਮਰੀਕਾ ਨੂੰ ਹਰਾਇਆ ਇਹ ਤੇ ਅਸੀਂ ਵਰਲਡ ਕੱਪ ਖੇਡੇ ਬਹੁਤ ਵੱਡਾ ਵਰਲਡ ਕੱਪ ਹੋਇਆ ਤੇ ਯਾਦਗਾਰੀ ਟੂਰਨਾਮੈਂਟ ਤੇ ਉਸ ਤੋਂ ਬਾਅਦ ਇੱਕ ਉਸ ਤੋਂ ਬਾਅਦ ਫਿਰ ਇਹ ਲੜੀ ਲੜੀ ਚੱਲ ਪਈ ਕਬੱਡੀ ਦੀ ਮੇਰੀ ਜ਼ਿੰਦਗੀ ਦਾ ਜਿਹੜਾ ਸਟਾਰਟਿੰਗ ਚੱਲ ਪਈ ਕਿ ਕੋਈ ਲੋਕ ਜਾਣਨ ਲੱਪੇ ਕਿ ਕੋਈ ਬੰਦਾ ਹੈ ਮੁੰਡਾ ਵਧੀਆ ਖੇਡਦਾ ਇੰਡੀਆ ਜਾ ਕੇ ਫਿਰ ਇੰਡੀਆ ਲਈ ਮੈਚ ਖੇਡੇ ਲੋਕਲ ਮੈਚ ਟੀਮਾਂ ਲਈ ਖੇਡੇ ਫਿਰ ਅਮਰੀਕਾ ਦੀ ਟੀਮ ਬਣ ਗਈ ਉਹਦੇ ਲਈ ਮੈਚ ਖੇਡੇ ਫਿਰ ਅਸੀਂ ਸਾਰੀਆਂ ਟੀਮਾਂ ਹਰਾਇਆ ਇੰਡੀਆ 'ਚ ਜਿੱਦਾਂ ਬਿਜਲੀ ਬੋਰਡ ਸਭ ਤੋਂ ਵੱਡੀ ਟੀਮ ਸੀਗੀ ਉਹ ਜਿੱਥੇ ਹੁੰਦਾ ਸਾਡਾ ਫਾਈਨਲ ਉਹਨਾਂ ਦਾ ਹੁੰਦਾ ਸੀ ਸੱਜੇ ਟੀਮਾਂ ਹੁੰਦੀਆਂ ਸੀਗੀਆਂ ਜਿੱਦਾਂ ਕਿ ਹੁਣ ਲੀਗ ਚੱਲਦੀ ਆ ਐਦਾਂ ਹੀ ਉਦੋਂ ਟੂਰਨਾਮੈਂਟ ਹੁੰਦੇ ਹੁੰਦੇ ਸੀਗੇ ਤੇ ਪੰਜ-ਛੇ ਟੂਰਨਾਮੈਂਟ ਪੰਜਾਬ ਦੇ ਵੱਡੇ ਹੁੰਦੇ ਹੁੰਦੇ ਸੀਗੇ ਹਕੀਮਪੁਰ ਜਿਹਨਾਂ ਚ ਇੱਕ ਹੁੰਦਾ ਸੀ ਉੱਥੇ ਵੀ ਅਸੀਂ ਮੈਚ ਉਹਨਾਂ ਨੂੰ ਜਿੱਤੇ ਫਿਰ ਉਸ ਤੋਂ ਬਾਅਦ ਇੱਕ ਯਾਦਗਾਰੀ ਟੂਰਨਾਮੈਂਟ ਦੋ ਮੇਰੀ ਜ਼ਿੰਦਗੀ ਦੇ ਜਿਹੜੇ ਬਹੁਤ ਵੱਡੇ ਟੂਰਨਾਮੈਂਟ ਆ ਇੱਕ ਕੈਨੇਡਾ ਦੀ ਟੀਮ 1999 ਦੇ ਵਿੱਚ ਕਿਸੇ ਤੋਂ ਹਾਰਦੀ ਨਹੀਂ ਸੀ ਜੀਤਾ ਮੋੜ ਤੇ ਤੂਫਾਨ ਸਿੰਘ ਜੱਗਾਰੀ ਡਰ ਲੱਖਾ ਕਿੰਦਾ ਵਿਆਰੀਪਰੀਆ ਦੀਪਾ ਮਠੱਡਿਆਂ ਦਾ ਹਰਮਨ ਪੁਰੇਵਾਲ ਤੇ ਜਵਾਰਾ ਹੋਰ ਕਈ ਸੀਨੀਅਰ ਪਲੇਅਰ ਖੇਡਦੇ ਸੀ ਉਦੋਂ ਟੀਮ ਵੱਲੋਂ ਤੇ ਅਸੀਂ ਇੱਥੇ ਆ ਕੇ ਸਾਨੂੰ ਅਪਰੋਚ ਕੀਤੀ ਬਾਬਾ ਜੌਨ ਨੇ ਤੀਰਥਪਾਜੀ ਹੁਣਾਂ ਨੇ ਅਮਰੀਕਾ ਦੀ ਟੀਮ ਬਣਾਉਣੀ ਅਸੀਂ ਬਣਾਈ ਇਧਰੋਂ ਸਾਡੇ ਜਾਫੀ ਸੀਗੇ ਬਟ ਪਾਕਿਸਤਾਨ ਦਾ ਟੌਪ ਦਾ ਲੈਜੈਂਡ ਪਲੇਅਰ ਹੈ ਹੁਣ ਕੋਚ ਆਕ ਪਾਕਿਸਤਾਨ ਦੀ ਟੀਮ ਦਾ ਹਮਾਜ ਜੰਝੂ ਆਜਕਲ ਟ੍ਰਾਂਟੋ ਰਹਿੰਦਾ ਬਹੁਤ ਜ਼ਬਰਦਸਤ ਜਾਫੀ ਤੇ ਤੀਰਥਗਾਖਲ ਖਾਨੋਵਾਲੀਆ ਜਿੰਦਰ ਮੈਰੀਡਰ ਮੇਰੇ ਨਾਲ ਗਾਂਧੀ ਤੇ ਪੀਮਾ ਸਾਡੀ ਟੀਮ ਇਹ ਫਾਈਨਲ ਦੇ ਵਿੱਚ ਪਹੁੰਚੀ ਸਾਡਾ ਫਾਈਨਲ ਚ ਮੈਚ ਲੱਗਾ ਅਸੀਂ ਉਹਨਾਂ ਨੂੰ ਇੱਥੇ ਮੈਚ ਬਹੁਤ ਵੱਡਾ ਮੈਚ ਹੋ ਇੱਕ ਯਾਦਗਾਰੀ ਮੇਲਾ ਸਵੈਨਗਨ ਸਟੇਡੀਅਮ ਚ ਹੋਇਆ ਉੱਥੇ ਅਸੀਂ ਟੀਮ ਨੂੰ ਉਹਨੂੰ ਕੈਨੇਡਾ ਨੂੰ ਹਰਾਇਆ ਤੇ ਫਿਰ ਸਾਰੇ ਜਿਸ ਚੀਜ਼ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਕਬੱਡੀ ਨੂੰ ਦੇਖਣ ਵਾਲਿਆਂ ਦੀਆਂ ਤੱਕ ਉਹ ਨਿਊਜ਼ ਪਹੁੰਚੀ ਲੋਕਾਂ ਨੇ ਬਹੁਤ ਫੋਨ ਕਰਕੇ ਸਾਨੂੰ ਪਿਆਰ ਦਿੱਤਾ ਉਸ ਮੈਚ ਲਈ ਕਿਉਂਕਿ ਕੈਨੇਡਾ ਦੀ ਟੀਮ ਕਾਫੀ ਸਾਨਾ ਆਮਦ ਉਹਨੂੰ ਹਰੀ ਸੀਗੀ ਹਰਦੀ ਨਹੀਂ ਸੀ ਏਡੀ ਵੱਡੀ ਜਬਰਦਸਤ ਟੀਮ ਸੀਗੀ ਬਹੁਤ ਜਿਆਦੀ ਵੱਡੀ ਟੀਮ ਸੀ ਉਹਨੂੰ ਕੈਨੇਡਾ ਦੀ ਤੇ ਉਸ ਤੋਂ ਪਹਿਲਾਂ ਇੱਕ 15 ਸਾਲ ਬਾਅਦ ਪਾਕਿਸਤਾਨ ਦੀ ਟੀਮ ਇੰਡੀਆ ਚ ਆਈ ਸੀਗੀ ਤੇ ਜਦੋਂ ਉਦੋਂ ਮੇਰੀ ਸ਼ੁਰੂਆਤ ਹੀ ਸੀ 1998 ਨੇ ਇਹ ਗੱਲਾਂ ਇਹ ਤਾਂ ਉੱਥੇ ਪਾਕਿਸਤਾਨ ਦੀ ਟੀਮ ਆਈ ਪਾਕਿਸਤਾਨ ਦੀ 15 ਸਾਲਾਂ ਵਾਲਾ ਟੀਮ ਆਈ ਜਿਹਦੇ ਚ ਜਾਫੀ ਹਮਾਦ ਜੰਜੂਆ ਬੱਟ ਹੋਰ ਕਈ ਟੌਪ ਦੇ ਪਲੇਅਰ ਉਹਨਾਂ ਦੇ ਮੀਲ ਜੱਟ ਤੇ ਕਾਫੀ ਹੋਰ ਰੇਡਰ ਉਹਨਾਂ ਦੇ ਟੌਪ ਦੇ ਪਲੇਅਰ ਕਾਫੀ ਬੰਦੇ ਨੇ ਮੇਰੇ ਕੋਲ ਫੋਟੋ ਵੀ ਪਈਆਂ ਨਾਂ ਨਹੀਂ ਯਾਦ ਉਹ ਟੀਮ ਬਹੁਤ ਵਧੀਆ ਬਣਾ ਕੇ ਲਿਆ ਉਹ ਹਮੇਸ਼ਾ ਜਦੋਂ ਇੰਡੀਆ ਉਹਦੇ ਟੀਮ ਬਹੁਤ ਵੱਡੀ ਬਣਾ ਕੇ ਲਿਆਉਂਦੇ ਆ ਤੇ ਸਾਡੇ ਮੈਚ ਹੋਏ 4 ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਮੈਚ 3 ਮੈਚ ਜਿੱਤੇ 1 ਮੈਚ ਉਹਨਾਂ ਨੂੰ ਹਾਰੇ ਸੀਗੇ ਜਿਹਦੇ ਚ ਇੱਕ ਮੈਚ ਨਕੋਦਰ ਹੋਇਆ ਸੀਗਾ ਉਹ ਉਸ ਟਾਈਮ ਦੇ ਵਿੱਚ ਇੰਨਾ ਪ੍ਰੋਫੈਸ਼ਨਲ ਤਰੀਕੇ ਨਾਲ ਮੈਚ ਹੋਇਆ ਇੰਨਾ ਪਲੇਅਰਾਂ ਨੂੰ ਉੱਥੇ ਸਨਮਾਨ ਮਾਨ ਦਿੱਤਾ ਗਿਆ ਜਿੱਦਾਂ ਕਿ ਹੁਣ ਲੀਗਸ ਹੁੰਦੀਆਂ ਲੀਗਸ ਵਾਂਗ ਉਹ ਮੈਚ ਹੋਇਆ ਸੀ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਮੈਂ ਬਹੁਤ ਪਸੰਦ ਕੀਤਾ ਸੀ ਉਹ ਮੈਚ ਉਸ ਮੈਚ ਦੇ ਵਿੱਚ ਮੈਂ ਬੈਸਟ ਪਲੇਅਰ ਸੀਗਾ ਪਾਕਿਸਤਾਨ ਦੇ ਅਗੇਂਸਟ ਨੈਸ਼ਨਲ ਕਾਲਜ ਨਕੋਦਰ ਮੈਚ ਉਹ ਹੋਇਆ ਸੀ ਟੂਰਨਾਮੈਂਟ ਤੇ ਉਹ ਉਦੋਂ ਵਧੀਆ ਢੰਗ ਨਾਲ ਤੁਹਾਨੂੰ ਮਾਨ ਸਨਮਾਨ ਮਿਲਦਾ ਮੇਰਾ ਇਹੀ ਕਹਿਣਾ ਹੁੰਦਾ ਜਦੋਂ ਵੀ ਕੋਈ ਕਬੱਡੀ ਦੀ ਗੇਮ ਹੁੰਦੀ ਆ ਕੋਈ ਟੂਰਨਾਮੈਂਟ ਹੁੰਦਾ ਕੋਈ ਵੀ ਲੀਗ ਹੁੰਦੀ ਆ ਉੱਥੇ ਪਲੇਅਰਾਂ ਦੀ ਹੋਣੀ ਚਾਹੀਦੀ ਆ ਸਾਰਾ ਕੁਝ ਪਲੇਅਰਾਂ ਦਾ ਮਾਣ ਸਨਮਾਨ ਹੋਣਾ ਚਾਹੀਦਾ ਜਿਨ੍ਹਾਂ ਨੂੰ ਲੋਕ ਦੇਖਣ ਆਉਂਦੇ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਰਾਈਟ ਤੇ ਸਪੌਂਸਰਾਂ ਦੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਇਸ ਕਬੱਡੀ ਨੂੰ ਹੋਰ ਵੀ ਉੱਪਰ ਲੈ ਕੇ ਜਾਈਏ ਇਹ ਸਾਰੀ ਮੈਨੇਜਮੈਂਟ ਦੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਕਬੱਡੀ ਨੂੰ ਵਧੀਆ ਟੰਗ ਦੇ ਨਾਲ ਹੋਰ ਵੀ ਪਰਫੁੱਲਤ ਹੋਰ ਵੀ ਉੱਪਰ ਲੈ ਕੇ ਜਾਈਏ ਸਾਡੀ ਇਹ ਹੋਣੀ ਚਾਹੀਦੀ ਆ ਕੋਸ਼ਿਸ਼ ਨਾ ਕਿ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਸਾਡੀਆਂ ਕੈਮਰੇ ਤੇ ਫੋਟੋ ਹੋਣ ਜਾਂ ਅਸੀਂ ਮੋਰੇ ਹੋ ਕੇ ਫੋਟੋ ਕਰਾਈਏ ਤੇ ਜਿੱਦਾਂ ਤੁਸੀਂ ਚੈਂਪੀਅਨ ਕਬੱਡੀ ਲੀਗ ਕਰਾਈ ਆ ਪਿਛੇ ਇਹ ਪਿਛਲੇ ਸਾਲ ਹੋਈ ਆ ਕੈਨੇਡਾ ਦੇ ਵਿੱਚ ਮੈਂ ਬੜਾ ਪਸੰਦ ਕੀਤਾ ਉਹਦੇ ਵਿੱਚ ਬਹੁਤ ਵਧੀਆ ਰੂਲ ਰੈਗੂਲੇਸ਼ਨ ਸੀਗੇ ਇੰਨੇ ਵੱਡੇ ਵੱਡੇ ਸਪਾਂਸਰ ਵੀ ਸੀਗੇ ਕਿਸੇ ਦੀ ਕੋਈ ਫੋਟੋ ਕਿਸੇ ਦਾ ਕੋਈ ਇਹੋ ਜਿਹਾ ਨਹੀਂ ਸੀਗਾ ਔਰ ਇਹ ਚੀਜ਼ ਹੋਣੀ ਚਾਹੀਦੀ ਆ ਪ੍ਰੋਫੈਸ਼ਨਲ ਜੇ ਤੁਸੀਂ ਕਬੱਡੀ ਨੂੰ ਦੂਰ ਲੈ ਕੇ ਜਾਣਾ ਸੋ ਜਿਹੜੇ ਵੀ ਸਪਾਂਸਰ ਆ ਜਾਂ ਹੋਰ ਮੈਨੇਜਮੈਂਟ ਆ ਇਹ ਪਿੱਛੇ ਰਹਿ ਕੇ ਕੰਮ ਕਰਨ ਬਹੁਤ ਵਧੀਆ ਗੱਲ ਆ ਪਲੇਅਰਾਂ ਨੂੰ ਅੱਗੇ ਲਿਆਓ ਜਿਨ੍ਹਾਂ ਨੇ ਖੇਡਣਾ ਜਿਨ੍ਹਾਂ ਨੂੰ ਲੋਕਾਂ ਨੇ ਦੇਖਣਾ ਤੇ ਬਾਕੀ ਜੇ ਇਹੋ ਜਿਹਾਂ ਲੀਗਸ ਇਹੋ ਜਿਹੇ ਟੂਰਨਾਮੈਂਟ ਹੋਣ ਤਾਂ ਕਬੱਡੀ ਹੋਰ ਵੀ ਬਲੰਦੀਆਂ ਤੇ ਜਾਊਗੀ ਟੀਮ ਪੰਜਾਬੀ ਸਪੋਰਟਸ ਜਿਹੜਾ ਚੈਨਲ ਆ ਇਹ ਬੈਸਟ ਚੈਨਲ ਐਵਰ ਆ ਵੈਨਕੂਵਰ ਦਾ ਖਾਸ ਕਰਕੇ ਮੈਂ ਕਹਿ ਸਕਦਾ ਕੈਨੇਡਾ ਦੇ ਵਿੱਚ ਹੋਰ ਵੀ ਚੈਨਲ ਹੋਣਗੇ ਦੁਨੀਆ ਭਰ ਚ ਦੇਖਿਆ ਜਾਂਦਾ ਮੈਂ ਇਸ ਚੈਨਲ ਨਾਲ ਕੋਈ 8-9 ਸਾਲ ਤੋਂ ਜੁੜਿਆ ਤੇ ਇਸ ਚੈਨਲ ਨੂੰ ਸਾਰੇ ਦੇਖਦੇ ਆ ਔਰ ਇਹ ਚੈਨਲ ਬੈਸਟ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵਧਾਈ ਦੇਣੀ ਚਾਹੁੰਦਾ ਤੁਸੀਂ ਵਧਾਈ ਦੇ ਹੱਕਦਾਰ ਹੈ ਕਿ ਜਿਹੜਾ ਕੋਈ ਵੀ ਸਪੋਰਟਸ ਕੋਈ ਵੀ ਇਵੈਂਟਸ ਤੁਸੀਂ ਇੱਥੇ ਐਥਲੈਟਿਕ ਲਾ ਲਓ ਸਾਕਰ ਲਾ ਲਓ ਕਬੱਡੀ ਲਾ ਲਓ ਹਾਕੀ ਲਾ ਲਓ ਤੁਸੀਂ ਸਾਰਿਆਂ ਨੂੰ ਕਵਰ ਕਰਦੇ ਆਂ ਔਰ ਕਵਰ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਆਂ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਆਂ ਔਰ ਇਹ ਜਿਹੜਾ ਚੈਨਲ ਆ ਦਿਨ ਰਾਤ ਤਰੱਕੀ ਕਰ ਰਿਹਾ ਇਸ ਚੈਨਲ ਦਾ ਆਬਵੀਅਸਲੀ ਬਹੁਤ ਵੱਡਾ ਇਹ ਕੰਮ ਆ ਤੁਸੀਂ ਵੀ ਵਧਾਈ ਦੇ ਹੱਕਦਾਰ ਆਂ ਮੇਰੇ ਵੱਲੋਂ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਕਾਲ ਕਿਉਂਕਿ ਇਹ ਚੈਨਲ ਇਦਾਂ ਹੀ ਦੇਖਦੇ ਰਹੋ ਇਦਾਂ ਹੀ ਪਰਫੁੱਲਤ ਹੋਵੇ ਤੇ ਇਹ ਦੇਖਦੇ ਵੀ ਆ ਸਾਰੇ ਲੋਕ ਔਰ ਇਹ ਵਧੀਆ ਵੀ ਆ ਚੈਨਲ